सत श्री अकाल, तुसीं देख रहे हो द पंजाब टीवी। तो मैं हाँ जज सिंह चाहल। हड़ां विचाले पंजाब दे लोकां दीआं मुश्किलां रुकण दा नाम नहीं लै रही। हुण खबर सामने आ रही है कि हरियाणा दे इलाके दे विच पैंदा चांदपुरा बन टुट चुका है, जो कि मानसा वल नूं टुट गया है, जिस तों बाद मानसा जिले दे वड्डी पद्धर ते पिंड पाणी दे विच डुब सकदे ने। तड़के ये बन टुट गया, जिस तों बाद लगातार पानी मानसा जिले के पिंडां दे वल नूं वधदा दिखाई दिंदा है। दोवां सरकारां दे वल्लों इस बन नूं टुटण तों रोकण दीआं कोशिशां कीतीआं जा रहीआं सन। आस पास दे पिंडां दे लोक भी इस बन नूं पक्का करन ते लगे होए सी, पर आखिर ये बन टुट गया, जिस तों बाद हुण आस पास दे लोकां दीआं मुश्किलां बहुत वड्डे पद्धर ते वध सकदीआं ने। वहा तुसीं पाणी दा वेख सकदे हो कि किन्नी तेजी ਦੇ ਨਾਲ ਪਿੰਡਾਂ ਦੇ ਵੱਲ ਨੂੰ ਇਹ ਦਰਿਆ ਦਾ ਪਾਣੀ ਜਾਂਦਾ ਦਿਖਾਈ ਦਿੰਦਾ ਹੈ। ਅਤੇ ਹੁਣ ਇਸ ਬੰਨ ਨੂੰ ਲੈ ਕੇ ਇੱਕ ਦੂਜੇ ਤੇ ਦੋਸ਼ ਪ੍ਰਤੀਦੋਸ਼ ਵੀ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਅਕਾਲੀ ਦਲ ਦੇ ਸੰਸਦ ਮੈਂਬਰ ਨੇ ਬਠਿੰਡਾ ਦੇ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਆਖਿਆ, ਮੈਂ ਪਹਿਲਾਂ ਹੀ ਮਾਨ ਸਰਕਾਰ ਨੂੰ ਆਖ ਰਹੀ ਸੀ ਕਿ ਇੱਥੋਂ ਬੰਨ ਟੁੱਟਦਾ ਹੁੰਦਾ ਹੈ, ਇੱਥੇ ਪਹਿਲਾਂ ਹੀ ਜਿਹੜੇ ਪ੍ਰਬੰਧ ਨੇ ਉਹ ਕਰ ਲਏ ਜਾਣੇ ਚਾਹੀਦੇ ਨੇ, ਪਰ ਮੁੱਖ ਮੰਤਰੀ ਨੂੰ ਫੋਟੋਆਂ ਖਿਚਵਾਉਣ ਤੋਂ ਵਿਹਲ ਨਹੀਂ। ਹਰਸਿਮਰਤ ਕੌਰ ਬਾਦਲ ਦਾ ਬਿਆਨ ਤੁਹਾਨੂੰ ਸੁਣਾ ਦਿੰਨੇ ਆ। ਤੇ ਜ ਅਫਸੋਸ ਨਾਲ ਕਹਿਣਾ ਪੈਂਦਾ ਹੈ, 13 ਤਰੀਕ ਦੀ ਦਿੱਤੀ ਹੋਈ ਸਲਾਹ, ਅੱਜ 5 ਵਜੇ ਸਵੇਰੇ ਚਾਂਦਪੁਰਾ ਦਾ ਬੰਨ ਟੁੱਟ ਗਿਆ ਤੇ ਸਾਰਾ ਪਾਣੀ ਇਲਾਕੇ ਵਿੱਚ ਭਰ ਗਿਆ ਹੈਗਾ। ਤੇ ਹੁਣ ਸਾਡੇ ਸਰਦੂਲਗੜ ਇਲਾਕੇ 'ਚ, ਮੇਰੇ ਮਾਨਸੇ 'ਚ, ਕੁਲਰੀਆਂ 'ਚ ਕਿਸੇ ਟਾਈਮ ਵੀ ਪਾਣੀ ਆ ਸਕਦਾ ਹੈ। हैरानी दी गल है, ना कोई प्रशासन पहुंचा है, ना सरकार वालों कोई पुख्ता इंतजाम किए गए ने, एनडीआरएफ दी कोई टीम तक नहीं पहुंची, बल्कि अपने बंदे जिहड़े चांदपुरा च मदद करने की कोशिश कर रहे सी उन्हां नूं भी उत्थों भजा दिता गया। आप हाथ बांध के मैं अपील करदी हां मुख्यमंत्री साहब नूं, बहुत फोटोआं हो गईआं तुहाडे ते तुहाडे एमएलएआं दे, 4-4 फुट 2-2 फुट पानी च खड़ के, गोडिया गोडिया ते पानी च खड़ के बथेरी तुसी आप दा प्रचार कर लिया, फोटो सारी चैनल च चल गया ने, लोकां नूं पता है, बहुत तुसी मेहनत कर रहे हो। हुण हथ बन के बेनती है कि ए फोटो आप छड़ के जमीन ते उतर के जिहड़ी चीजा दी लोड़ है ਲੋਕਾਂ ਨੂੰ ਬੰਦ ਪੱਕੇ ਕਰਨ ਵਾਸਤੇ ਪ੍ਰਸ਼ਾਸਨ ਨੂੰ ਉੱਥੇ ਭੇਜੋ। ਬਿਲਕੁਲ, ਹਰਸਿਮਰਤ ਕੌਰ ਬਾਦਲ ਦੇ ਵਾਂਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਵੀ ਇਸ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸ ਦਿੱਤਾ ਗਿਆ। ਉਹਨਾਂ ਨੇ ਇਸ ਬੰਨ ਦੇ ਟੁੱਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਅਤੇ ਨਾਲ ਰਾਜਾ ਵੜਿੰਗ ਨੇ ਲਿਖਿਆ, ਮੁੱਖ ਮੰਤਰੀ ਭਗਵੰਤ ਮਾਨ ਜੀ, ਜੇਕਰ ਰਾਜਨੀਤੀ ਕਰਨ ਦੀ ਬਜਾਏ ਤੁਸੀਂ ਕੋਈ ਨੀਤੀ ਬਣਾਈ ਹੁੰਦੀ ਤਾਂ ਚਾਂਦਪੁਰੇ ਵਾਲਾ ਬੰਨ ਟੁੱਟਣੋਂ ਬਚ ਸਕਦਾ ਸੀ ਅਤੇ 400 ਪਿੰਡ ਬਚ ਸਕਦੇ ਸੀ। ਮੈਂ ਕੱਲ੍ਹ ਵੀ ਕਿਹਾ ਸੀ, ਸਰਕਾਰੇ ਧਿਆਨ ਕਰ ਲਓ, ਪਰ ਨਾ ਡੀਸੀ ਮਾਨਸਾ ਸਾਹਿਬ ਕੋਲ ਸਮਾਂ ਸੀ ਸੁਣਨ ਦਾ, ਨਾ ਪ੍ਰਸ਼ਾਸਨ ਕੋਲ, ਹੁਣ ਰੱਬ ਹੀ ਰਾਖਾ। इस तरीके दे नाल सारी गलती मान सरकार दी दसी जा रही है विरोधी पार्टियां दे वल्लों कि ए बन पता ही है कि टुटदा हुंदा है, जदों भी पानी ज़्यादा आउंदा है, इस दे बावजूद सरकार दे वल्लों प्रबंध नहीं कीते गए, जिस दे करके चांदपुरे दा बन टुट गया है। ਹੁਣ ਸਰਕਾਰ ਨੂੰ ਸਲਾਹਾਂ ਵਿਰੋਧੀ ਧਿਰਾਂ ਦੇ ਵੱਲੋਂ ਦਿੱਤੀਆਂ ਜਾਣ ਲੱਗ ਪਈਆਂ ਨੇ। ਹਰਸਿਮਰਤ ਕੌਰ ਬਾਦਲ ਨੇ ਤਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੈਸੇ ਦਿਓ, ਰਾਹਤ ਕਾਰਜਾਂ ਲਈ ਕੋਈ ਵੱਡਾ ਫੰਡ ਜਾਰੀ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਜਾ ਸਕੇ, ਕਿਉਂਕਿ ਸਾਡੇ ਮੁੱਖ ਮੰਤਰੀ ਨੇ ਤਾਂ ਕਹਿ ਦਿੱਤਾ ਹੈ ਕਿ ਮੈਂ ਕੇਂਦਰ ਸਰਕਾਰ ਦੇ ਕੋਲੋਂ ਪੈਸੇ ਨਹੀਂ ਮੰਗਣੇ, ਮੋਦੀ ਸਰਕਾਰ ਜੀ ਤੁਸੀਂ ਆਪ ਹੀ ਸਾਨੂੰ ਪੈਸੇ ਦੇ ਦਿਓ। ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਅਤੇ ਉਹਨਾਂ ਨੇ ਭਗਵੰਤ ਮਾਨ ਨੂੰ ਆਖਿਆ ਹੈ ਕਿ ਆਓ ਮੋਦੀ ਕੋਲ ਚੱਲੀਏ। ਨਰਿੰਦਰ ਮੋਦੀ ਦੇ ਦਫ਼ਤਰ ਦੇ ਬਾਹਰ ਟਾਈਮ ਲੈ ਕੇ ਚੱਲੀਏ, ਆਪਣਾ ਹੱਕ ਮੰਗੀਏ। ਇਸ ਤੋਂ ਪਹਿਲੇ ਵੀ ਜਦੋਂ ਉੱਤਰਾਖੰਡ ਦੇ ਵਿੱਚ ਜਾਂ ਬਾਕੀ ਜਗ੍ਹਾ 'ਤੇ ਨੁਕਸਾਨ ਹੋਇਆ, ਸੈਂਟਰ ਦੀ ਸਰਕਾਰ ਨੇ ਕੋਈ 4 ਤੋਂ 5 ਹਜ਼ਾਰ ਕਰੋੜ ਰੁਪਈਆ ਉੱਤਰਾਖੰਡ ਦਿੱਤਾ ਸੀ ਅਤੇ 5 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਬਣਦਾ, ਸਾਰੀਆਂ ਤੁਹਾਡੀਆਂ ਨੈਸ਼ਨਲ ਹਾਈਵੇਜ਼, ਤੁਹਾਡੀਆਂ ਡਿਸਟ੍ਰਿਕਟ ਰੋਡਸ, ਤੁਹਾਡੀਆਂ ਪਲੈਨ ਰੋਡ ਸਾਰੀਆਂ ਟੁੱਟ ਗਈਆਂ, ਪੇਂਡੂ ਸੜਕਾਂ ਟੁੱਟ ਗਈਆਂ, ਤੁਹਾਡਾ ਸਾਰਾ ਇਨਫਰਾਸਟ੍ਰਕਚਰ ਬਹਿ ਗਿਆ ਜੀ, ਤੁਹਾਡੇ ਹਸਪਤਾਲ ਡੁੱਗ ਪਏ, ਤੁਹਾਡੇ ਸਕੂਲ ਡਿੱਗ ਪਏ ਨੇ, ਅਜੇ ਤਾਂ ਜਦੋਂ ਇਹ ਨੁਕਸਾਨ ਪਾਣੀ ਥੱਲੇ ਜਾਣਾ ਫਿਰ ਪਤਾ ਲੱਗਣਾ। ਸੋ ਇਸ ਗੱਲ ਕਾਰਨ ਅਸੀਂ ਮਾਨਸਾ ਪੂਰੇ ਤੁਹਾਡੀ ਪਿੱਠ ਪਿੱਛੇ, ਤਗੜੇ ਹੋਵੋ, ਆਓ ਬਾਹਰ ਨਿਕਲੋ, ਆਪਣੇ ਮਿਨਿਸਟਰਾਂ ਨੂੰ ਅਤੇ MLA ਨੂੰ ਵੀ ਕਹੋ
कि जाओ असी भी जावांगे, पहले पंजाब बचाइए, बाकी गल आपां इस तों बाद करांगे। जेकर हुण केंद्र दे फंड दी गल हो रही है तां केंद्र दे विच भारतीय जनता पार्टी दी सरकार है। पंजाब भाजपा दे प्रधान सुनील जाखड़ पंजाब दे मुखिए नूं पंजाब दे मुख्यमंत्री भगवंत मान नूं फोटो शूट बंद करन दीआं सलाहां दे रहे ने। जाखड़ का कहना है कि जिहड़ा पैसा केंद्र सरकार दे वल्लों भेजा गया है वह जमीनी पद्धर ते भी लाया जाना चाहिए है क्योंकि 218 करोड़ केंद्र ने भेज दिता है। जाखड़ का बयान भी तुहानू सुना दिंदे आ। आ बोट राइड का समा नहीं है सर, आ फोटो ऑफ का समा नहीं है। मैं आ बेनती भगवंत मान जी नूं करदा बंद करो, यह सारे इन्हों के एम एल ए हरेक जाके फोटो खिचा रहे, पजामे चक चक के पानी च खड़े है, एक मिनिस्टर साहब लखता ही पानी च खड़े है, वो जो लखता ही पानी होता तो बता मरता क्यों सब कढ़िया कि नहीं, ना किसी एम एल ए ने कढ़िया, ना मंत्री ने कढ़िया, ना सुनील ने कढ़िया, पिंड के लोगों ने कढ़िया। तो उन्होंने जिनी फर्स्ट एड दे सकते सी कोशिश की, हस्पताल ले जाने वास्ते सड़क ब्लॉक कर रखी सी। आ बंदा अजी मौत हुई है, आ मैं समझदा बहुत ही शर्मनाक मुकाम है पंजाब वास्ते। इस तरीके नाल विरोधी पार्टियां दे वल्लों हड़ां नूं लै के नाकामी नूं लै के मान सरकार ते सारा ठीकरा भन्निया जा रहा है, पर सरकारी नुमाइंदे की कहिंदे ने? कैबिनेट मंत्री ने चेतन सिंह जौड़ा माजरा, वह कहिंदे ने सरकार तां बहुत वधिया काम कर रही है पर जो भी कुछ हो रहा है इन्हां 70 सालां वालियां दे करके हो रहा है क्योंकि इन्हां ने कदे भी सार नहीं लई। जौड़े माजरा की कहिंदे ने वह भी सुन लो। 70 साल जिन्हां लोकां ने राज कीता साडे पंजाब ते, ओ अज मगरमच्छ दे अंजू ने जिहड़े ओ बहा रहे ने, क्योंकि जे उन्हां ने समय रहिंदे लोकां दा सुणिया हुंदा, लोकां दी सुनवाई करी हुंदी तां शायद जिहड़ा इन्ना तसद्दद जिहड़ा झलणा पिया ओह नहीं झलणा। इह जिहड़े पिंड ने आए साल इत्थे जिहड़ा हैगा प्रॉब्लम आउंदी है, ऐतकी दी मान साहब दी सरकार जदों दी आई है तां इन्हां पिंडां दी वी पाणी जिहड़ा आए साल आउंदा उहनूं कढ़न वास्ते 40 लाख तों लै के 50 लाख तक दा जिहड़ा खर्चा ਉਹ ਉਧਰਲੇ ਪਾਸੇ ਕੀਤਾ ਵੀ ਪਾਣੀ ਨਾ ਆਵੇ, ਪਰ ਪਾਣੀ ਐਸ ਕੀ ਬੇਤਹਾਸ਼ਾ ਜਿਹੜਾ ਹਿਮਾਚਲ ਤੋਂ ਆਇਆ। ਬੀਤੇ ਦਿਨ ਹੀ ਚੇਤਨ ਸਿੰਘ ਜੌੜੇ ਮਾਜਰਾ ਦਾ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੇ ਨਾਲ ਪੇਚਾ ਪੈ ਗਿਆ ਸੀ ਕਿਉਂਕਿ ਰਾਹਤ ਸਮੱਗਰੀ ਵੰਡਣ ਦੇ ਲਈ ਉਹਨਾਂ ਦੇ ਵੱਲੋਂ ਕਿਸ਼ਤੀ ਬੇੜੀ ਮੰਗੀ ਜਾ ਰਹੀ ਸੀ, ਪਰ ਜੌੜੇ ਮਾਜਰਾ ਨੇ ਉਹ ਬੇੜੀ ਦੇਣ ਤੋਂ ਨਾ ਕਰ ਦਿੱਤੀ ਸੀ, ਜਿਸ ਤੋਂ ਬਾਅਦ ਆਪਸ ਵਿੱਚ ਬਹਿਸਬਾਜ਼ੀ ਵੀ ਦੋਵਾਂ ਆਗੂਆਂ ਦੀ ਹੋ ਗਈ ਸੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਨੂੰ ਲੈ ਕੇ। ਪਰ ਹੁਣ ਪੰਜਾਬ ਦੇ ਵਿੱਚ ਹਾਲਾਤ ਹੋਰ ਵੀ ਖਰਾਬ ਹੁੰਦੇ ਦਿਖਾਈ ਦਿੰਦੇ ਨੇ। ਜਿਨ੍ਹਾਂ ਇਲਾਕਿਆਂ ਦੇ ਵਿੱਚ ਪਹਿਲਾਂ ਪਾਣੀ ਚੜ੍ਹਿਆ ਸੀ ਹੁਣ ਪਾਣੀ ਉਤਰ ਗਿਆ ਹੈ, ਉਹਨਾਂ ਲੋਕਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਘਰ ਵੀ ਖਰਾਬ ਹੋ ਗਏ ਨੇ, ਉਹਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਵੀ ਹੋ ਗਿਆ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਪਰ ਲੋਕ ਇਹ ਇਲਜ਼ਾਮ ਲਾ ਰਹੇ ਨੇ, ਇਹ ਸ਼ਿਕਾਇਤਾਂ ਕਰ ਰਹੇ ਨੇ ਕਿ ਸਰਕਾਰ ਸਾਡੀ ਬਾਂਹ ਨਹੀਂ ਫੜ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੇਖ ਲਓ ਮੇਰੇ ਪੈਰ ਲਿਬੜੇ ਪਏ ਨੇ, ਅਤੇ ਸੋਸ਼ਲ ਮੀਡੀਆ 'ਤੇ ਵੀ ਲਿਬੜੇ ਪੈਰਾਂ ਦੀਆਂ ਲਗਾਤਾਰ ਫੋਟੋਆਂ ਆਮ ਆਦਮੀ ਪਾਰਟੀ ਦੇ ਵੱਲੋਂ ਪੋਸਟਰ ਬਣਾ ਬਣਾ ਕੇ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਕੀ ਤੁਸੀਂ ਕੋਈ ਪਹਿਲਾਂ ਮੁੱਖ ਮੰਤਰੀ ਵੇਖਿਆ ਸੀ ਜਿਸ ਦੇ ਪੈਰ ਇਸ ਤਰੀਕੇ ਨਾਲ ਲਿਬੜੇ ਹੋਣ? ਵੇਖ ਲਓ ਇਸ ਮੁੱਖ ਮੰਤਰੀ ਦੇ ਪੈਰ ਲਿਬੜੇ ਹੋਏ ਨੇ, ਇਸ ਕਰਕੇ ਇਹ ਬਹੁਤ ਵਧੀਆ ਮੁੱਖ ਮੰਤਰੀ ਹੈ। ਇਸ ਤਰੀਕੇ ਦਾ ਪ੍ਰਚਾਰ ਆਮ ਆਦਮੀ ਪਾਰਟੀ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਹੈ। ਇੱਥੇ ਅਸੀਂ ਤੁਹਾਡੀ ਵੀ ਰਾਏ ਜਾਣ ਲੈਣਾ ਚਾਹੁੰਦੇ ਹਾਂ ਕਿ ਹੜ੍ਹਾਂ ਨੂੰ ਰੋਕਣ ਦੇ ਪ੍ਰਬੰਧਾਂ ਦੇ ਵਿੱਚ ਜਾਂ ਫਿਰ ਰਾਹਤ ਕਾਰਜਾਂ ਦੇ ਵਿੱਚ ਮਾਨ ਸਰਕਾਰ ਦੇ ਰੋਲ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿ ਮਾਨ ਸਰਕਾਰ ਸਹੀ ਕੰਮ ਕਰ ਰਹੀ ਹੈ ਜਾਂ ਫਿਰ ਸਹੀ ਕੰਮ ਨਹੀਂ ਕਰ ਰਹੀ ਹੈ? ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ ਅਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।